ਲੁਟੇਰਿਆਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ। ਮਲੋਟ ਵਿੱਚ ਦਿਨ ਦਿਹਾੜੇ ਵਿਅਕਤੀ ਤੋਂ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ। ਲੁੱਟ ਦੀ ਵਾਰਦਾਤ ਸਿਰਸਾ ਨੈਸ਼ਨਲ ਹਾਈਵੇ ਤੇ ਹੈ। ਮਲੋਟ ਨਿਵਾਸੀ ਸੁਰਜੀਤ ਸਿੰਘ ਇੱਥੇ ਸਥਿਤ ਆਰਟੀ ਸਵੀਟਸ ਨਾਮਕ ਦੁਕਾਨ ਚੋਂ ਮਿਠਾਈ ਲੈ ਕੇ ਜਦ ਵਾਪਸ ਆਪਣੀ ਕਾਰ ਵਿੱਚ ਜਾਣ ਲੱਗਾ ਤਾਂ ਤਾਕ ਲਾਈ ਖੜੇ ਲੁਟੇਰਿਆਂ ਨੇ ਉਸਨੂੰ ਪਿਸਤੌਲ ਦੇ ਜ਼ੋਰ ਤੇ ਕਾਰ ਚੋਂ ਬਾਹਰ ਕਰ ਦਿੱਤਾ ਅਤੇ ਕਾਰ ਲੁੱਟ ਕੇ ਫਰਾਰ ਹੋ ਗਏ। ਉਧਰ ਮੁਕਤਸਰ ਦੇ ਐਸਪੀ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਦੇਖਿਆ ਕਿ ਵਾਰਦਾਤ ਨੂੰ ਤਿੰਨ ਲੁਟੇਰਿਆਂ ਨੇ ਅੰਜਾਮ ਦਿੱਤਾ ਅਤੇ ਕਿਹਾ ਕਿ ਪੁਲਿਸ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਏਗੀ।